Hello everyone, welcome to Stranger Story, and we are on the episode where we share about the personalities making a difference in their own lives. So people creating history. Today we have Mr. Malkeet Singh with us. He is the latest New Zealander who has submitted the Mount Everest. Do you believe that? He is just over 50 and oh, aaj sade naal baithe ne gal baat karange unhan di health bare, unhan di journey bare, unhan di life bare. How did he achieve what he has achieved today? So welcome to Stranger Story. Thank you. Welcome. So ਤੁਸੀਂ latest New Zealander ਹੋ, ਤੁਸੀਂ ਇੱਕ record ਬਣਾਇਆ, ਪਹਿਲਾਂ ਤਾਂ ਉਹਦੇ ਬਾਰੇ ਤੁਸੀਂ if you want to share anything with the viewers. ਮੈਂ ਤਾਂ ਇੰਨੇ ਕਹਿਣਾ ਚਾਹੁੰਗਾ ਵੀ ਮੇਰਾ ਪਹਿਲਾਂ ਕੋਈ ਡ੍ਰੀਮ ਨਹੀਂ ਸੀਗਾ ਕੋਈ, ਪਰ 2022 ਚ ਮੇਰੇ ਫਰੈਂਡ ਇੱਥੇ ਆਸ਼ੀ ਪੰਧੇਰ ਨੇ ਇੱਥੇ ਆਪਣੇ ਬਰੈਂਪਟਨ ਚ, ਉਹਨਾਂ ਨੇ ਜ਼ਿਕਰ ਕੀਤਾ ਪਹਿਲਾਂ ਥੋੜਾ ਬਹੁਤ ਟ੍ਰੈਕਿੰਗ ਦਾ ਸੀਗਾ, ਸਰ ਐਡਮੰਡ ਹੈਲੀ ਨੂੰ ਮਿਲੇ ਸੀ, ਸਰ ਐਡਮੰਡ ਹੈਲੀ ਉਹ ਨੇ ਜਿਹੜੇ ਸਭ ਤੋਂ ਪਹਿਲਾਂ ਮਾਊਂਟ ਐਵਰੈਸਟ ਚੜੇ ਨੇ 1953 ਚ, ਤਾਂ ਫਿਰ ਦੁਬਾਰਾ ਉਹਨਾਂ ਨੂੰ ਚਾਂਸ ਮਿਲਿਆ ਮਿਲਣ ਦਾ ਨਿਊਜ਼ੀਲੈਂਡ ਆ ਕੇ, ਤਾਂ ਫਿਰ ਅਸੀਂ ਟ੍ਰੈਕਿੰਗ ਕਰਦੇ ਰਹੇ ਬੱਚਿਆਂ ਨਾਲ, ਫਿਰ ਮੇਰੇ ਦੋਸਤ ਨੇ ਗੱਲ ਕੀਤੀ ਵੀ ਐਵਰੈਸਟ, ਤਾਂ ਬੈਕ ਆਫ ਮਾਇੰਡ ਸੀਗਾ ਕਿਉਂਕਿ ਐਡਮੰਡ ਹੈਲੀ ਨੂੰ ਮਿਲੇ ਸੀਗੇ, ਗੱਲਾਂ ਹੁੰਦੀਆਂ ਰਹਿੰਦੀਆਂ ਸੀਗੀਆਂ, ਤਾਂ ਫਿਰ ਉਦੋਂ ਇਰਾਦਾ ਬਣਿਆ ਵੀ ਐਵਰੈਸਟ ਹੋ ਗਿਆ। ਨਹੀਂ ਕਿਉਂਕਿ ਤੁਸੀਂ, ਮੈਂ ਦੇਖਿਆ ਤੁਸੀਂ ਯੂ ਵਰ ਦ ਬੈਸਟ ਐਥਲੀਟ ਡਿਊਰਿੰਗ ਯੋਰ ਸਕੂਲ ਡੇਸ, ਆਫ ਕੋਰਸ ਉਹਦਾ ਰਿਲੇਸ਼ਨ ਹੈਗਾ ਇਸ ਅਚੀਵਮੈਂਟ ਨਾਲ, ਸੋ ਹਾਊ ਵਾਸ ਯੋਰ ਚਾਈਲਡਹੂਡ? ਇਹ ਚਾਈਲਡਹੂਡ ਮੇਰਾ ਇਹ ਸੀਗਾ ਕਿ ਮੈਂ ਸਕੂਲ ਚ ਐਡਮਿਸ਼ਨ ਲੈਤੀ, ਤਾਂ ਉਹ ਇੱਕ ਹੋਸਟਲ ਪਬਲਿਕ ਸਕੂਲ ਸੀਗਾ, ਹੋਸਟਲ ਲਾਈਫ ਸੀਗੀ, ਹੋਸਟਲ ਲਾਈਫ ਸੀਗਾ, ਤਾਂ 6ਵੀਂ ਚ ਮੇਰੀ ਐਡਮਿਸ਼ਨ ਹੋਈ, ਤਾਂ ਉਸ ਤੋਂ ਹੀ ਮੈਂ ਰਨਿੰਗ ਕਾਫੀ ਗੁੱਡ ਸੀਗਾ, ਤਾਂ ਮੈਂ ਬੈਸਟ ਐਥਲੀਟ ਬਣਿਆ ਆਪਣੇ ਸਕੂਲ ਦਾ 1987 ਚ, ਤਾਂ ਕ੍ਰਾਸ ਕੰਟਰੀ ਚ ਚੈਂਪੀਅਨ ਰਹਿੰਦਾ ਸੀਗਾ, ਤੇ ਫਿਰ ਪੀਏਜੀ ਚਲੇ ਗਿਆ ਗ੍ਰੈਜੂਏਸ਼ਨ ਕਰਨ ਲਈ 88 ਚ, ਤਾਂ ਉੱਥੇ ਵੀ ਫਸਟ ਈਅਰ 17 ਈਅਰ ਓਲਡ ਸੀਗਾ, ਪਰ ਮੈਂ ਯੂਨੀਵਰਸਿਟੀ ਦਾ ਬੈਸਟ ਐਥਲੀਟ ਬਣ ਗਿਆ ਸੀਗਾ, ਲਗਾਤਾਰ 3 ਸਾਲ ਰਿਹਾ, ਤਾਂ ਫਿਟਨੈਸ ਮੇਰਾ ਕਾਫੀ ਹਾਈ ਸੀਗਾ, ਫਿਟਨੈਸ ਲੈਵਲ ਸ਼ੁਰੂ ਤੋਂ ਹੀ ਸੀਗਾ, ਪਰ ਜਿਹੜਾ ਐਵਰੈਸਟ ਦਾ ਸੀਗਾ ਇਹ ਕੋਈ ਉਦੋਂ ਕੋਈ ਡ੍ਰੀਮ ਇਰਾਦਾ ਨਹੀਂ ਸੀਗਾ, ਪਰ ਇਹ ਤਾਂ ਵੈਸੇ ਜਦ ਨਿਊਜ਼ੀਲੈਂਡ ਸ਼ਿਫਟ ਹੋਏ, ਤਾਂ ਨਿਊਜ਼ੀਲੈਂਡ ਇੱਕ ਇਹੋ ਜਿਹਾ ਸ਼ਹਿਰ ਦੇਸ਼ ਆ ਜਿੱਥੇ ਟ੍ਰੈਕਿੰਗ ਤੇ ਹਾਈਕਿੰਗ ਬਹੁਤ ਵਧੀਆ ਨੇ, ਵਨ ਆਫ ਦ ਬੈਸਟ, ਤਾਂ ਉਹ ਕਰਦੇ ਰਹਿੰਦੇ ਸੀ ਬੱਚੇ ਛੋਟੇ, ਬੱਚਿਆਂ ਦਾ ਜਨਮ ਹੋਇਆ 2003 ਤੇ 2006 ਚ, ਫਿਰ ਉਹ ਜਿਹਾ ਵੱਡੇ ਹੋਏ 4-5 ਸਾਲ ਦੇ ਹੋਏ, ਫਿਰ ਅਸੀਂ ਮੈਂ ਉਹਨਾਂ ਨੂੰ ਲਿਜਾਂਦਾ ਰਿਹਾ, ਛੋਟੇ ਛੋਟੇ ਟ੍ਰੈਕਿੰਗ ਤੋਂ ਸ਼ੁਰੂ ਕੀਤਾ, ਜਿਵੇਂ 2 ਕਿਲੋਮੀਟਰ ਦੀ, 3 ਕਿਲੋਮੀਟਰ ਦੀ, ਸਮਟਾਈਮਸ ਸਾਨੂੰ ਲੱਗਦਾ ਕਿ ਸਾ ਏਮ ਲੈ ਕੇ ਹੀ ਏਮ ਅਚੀਵ ਹੁੰਦਾ ਹੈ, ਬਟ ਆਈ ਥਿੰਕ ਇਫ ਯੂ ਗੋ ਵਿਦ ਦ ਫਲੋ ਲਾਈਫ ਵਿਲ ਆਫਰ ਯੂ ਏਮਸ ਟੂ ਅਚੀਵ, ਹਾਂ ਤੁਹਾਡੀ ਸਟੋਰੀ ਨਾਲ ਇਹ ਲੱਗਦਾ ਹੈ। ਸੋ ਜਿਵੇਂ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਤੁਹਾਡਾ ਚਾਈਲਡਹੁੱਡ ਡਿਫਰੈਂਟ ਸੀ, ਕਿਉਂਕਿ ਅੱਜ ਕੱਲ ਬੱਚੇ ਫੋਨ ਤੇ ਨੇ, ਹਨਾ, ਉਹ ਟ੍ਰੈਕਿੰਗ ਜਾਂ ਕੈਂਪਿੰਗ ਜਾਂ ਇਵਨ ਆਈ ਕੰਸੀਡਰ ਮਾਈਸੈਲਫ, ਆਪਾਂ ਜ਼ਿਆਦਾ ਕਰਦੇ ਨਹੀਂ ਫਿਜ਼ੀਕਲ, ਤੇ ਕੁਛ ਸੁਜੈਸ਼ਨ ਕੋਈ ਐਡਵਾਈਸ ਸਾਡੇ ਲਈ ਤੁਹਾਡੇ ਤੁਸੀਂ ਦੇਣਾ ਚਾਹੋ? ਮੈਂ ਤਾਂ ਕਹੂੰਗਾ ਵੀ ਜਿਵੇਂ ਅੱਜ ਕੱਲ ਦਾ ਵੀ ਆਪਾਂ ਬਹੁਤ ਬਿਜ਼ੀ ਹੋ ਰਹੇ ਹਾਂ, ਈਵਨ ਕਿ ਪੇਰੈਂਟਸ ਬਹੁਤ ਬਿਜ਼ੀ ਨੇ, ਪਰ ਤੁਹਾਨੂੰ ਜਿਵੇਂ ਸਾਡੇ ਹੁੰਦਾ ਸੀ, ਅਸੀਂ ਸਮਰ ਸਾਡੇ ਬ੍ਰੇਕ ਹੈਗੇ ਦਸੰਬਰ ਜਨਵਰੀ, ਉੱਥੇ ਅਸੀਂ ਫਿਰ ਮੈਂ ਹਰੇਕ ਸਮਰ ਚ ਅਸੀਂ ਨਿਕਲ ਜਾਂਦੇ ਸੀਗੇ ਟ੍ਰੈਕਿੰਗ ਤੇ ਹੈਗਿੰਗ ਦੀ, ਹਰੇਕ ਪਰਿਵਾਰ ਨੂੰ ਚਾਹੀਦਾ ਕਿਉਂਕਿ ਦੈਟਸ ਦ ਬੈਸਟ ਟਾਈਮ ਤੁਸੀਂ ਇਕੱਠੇ ਹੋ ਸਕਦੇ ਹੋ, ਤੇ ਹਾਈਕਿੰਗ ਟ੍ਰੈਕਿੰਗ ਇਹੋ ਜਿਹੀ ਜਗ੍ਹਾ ਜਿੱਥੇ ਤੁਹਾਨੂੰ ਡਿਫੀਕਲਟੀਜ਼ ਆਉਂਦੀਆਂ ਨੇ, ਜਾਂ ਬੱਚਿਆਂ ਨਾਲ ਤੁਸੀਂ ਜ਼ਿਆਦਾ ਨੇੜੇ ਹੋ ਸਕਦੇ ਹੋ ਪਰਿਵਾਰ ਨਾਲ, ਆਪਣੇ ਨਾਲ ਤੁਸੀਂ ਸ਼ੁਰੂ ਕਰ ਲੋ,
ਇੰਟਰਸਟ ਆਪਣੇ ਆਪ ਬੱਚੇ 'ਚ ਪੈ ਜਾਂਦਾ ਹੈ ਸਰ ਪ੍ਰੋਬੇਬਲੀ ਅ ਲਰਨਿੰਗ ਫॉर द ਪੇਰੈਂਟਸ ਸੋ ਦੈਟ ਦੇ ਕੈਨ ਟੇਕ ਆਊਟ देयर ਕਿਡਸ ਫॉर ਕੈਂਪ ਹੁਣ ਤੁਹਾਡੀ ਲਾਈਫ ਨੂੰ ਅੱਗੇ ਲੈ ਕੇ ਚੱਲਦੇ ਆ ਚਾਈਲਡਹੂਡ ਆਪਾਂ ਦੇਖ ਲਿਆ ਕਿ ਯੂ ਵਰ ਦ ਬੈਸਟ ਐਥਲੀਟ ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਸੀਗੀ ਉਹ ਕਾਫੀ ਟੈਕਨੀਕਲ ਮੈਂ ਦੇਖਾ ਕਿ ਤੁਸੀਂ ਪੜ੍ਹਾਈ ਨਾਟ ਸਪੋਰਟਸ ਦੇ ਅੰਦਰ ਬਲਕਿ ਓਵਰਆਲ ਤੁਸੀਂ ਆਪਣੇ ਆਪ ਨੂੰ ਗਰੂਮ ਕੀਤਾ ਸੋ ਤੁਹਾਡੀ ਐਜੂਕੇਸ਼ਨ ਦਾ ਕਿਵੇਂ ਬਣਿਆ ਸਬਬ ਉਹ ਸੀਗਾ ਜਿਵੇਂ ਹੁਣ ਅਸੀਂ ਪਹਿਲਾਂ ਪਿੰਡ ਦੇ ਸਕੂਲ 'ਚ ਪੜ੍ਹਦੇ ਸੀਗੇ ਤਾਂ ਪਿੰਡ ਦੇ ਸਕੂਲ 'ਚ ਮਾਹੌਲ ਹੁੰਦਾ ਵੀ ਪੜ੍ਹਾਈ ਦਾ ਮਾਹੌਲ ਨਹੀਂ ਹੁੰਦਾ ਤੇ ਪਰਿਵਾਰ ਨਾਲ ਖੇਤੀ ਨਾਲ ਜੁੜੇ ਹੋਏ ਸੀਗੇ ਤਾਂ ਪਰ ਮੈਨੂੰ ਪਤਾ ਨਹੀਂ ਮੇਰੇ ਜਿਹੜਾ ਹੈਡ ਮਾਸਟਰ ਸੀਗਾ ਉਹਨੂੰ ਕੀ ਲੱਭਿਆ ਮੇਰੇ ਵਿੱਚ ਉਹਨੇ ਮੇਰੇ ਫਾਦਰ ਨੂੰ ਬੁਲਾਇਆ ਵੀ ਜੇ ਤੁਸੀਂ ਬੱਚੇ ਨੂੰ ਪੜ੍ਹਾਉਣਾ ਤਾਂ ਇੱਕ ਪਬਲਿਕ ਸਕੂਲ ਆ ਉਹਦੀ ਫੀਸ ਕਾਫੀ ਹੁੰਦੀ ਆ ਹੋਸਟਲ ਲਾਈਫ ਆ ਉਹਦੀ ਤਾਂ ਉੱਥੇ ਐਗਜ਼ਾਮ ਦੇ ਇਹਨੇ ਕਰ ਜਾਣਾ ਉਹ ਮੈਂ ਹੈਡ ਮਾਸਟਰ ਨੂੰ ਮੇਰੇ 'ਚ ਕੁਛ ਲੱਭਿਆ ਤਾਂ ਫਿਰ ਫਾਦਰ ਸਾਹਿਬ ਉੱਥੇ ਲੈ ਗਏ ਤਾਂ ਐਡਮਿਸ਼ਨ ਟੈਸਟ ਹੁੰਦਾ ਪੰਜਾਬ ਲੈਵਲ ਦਾ ਤੇ ਉਹ ਟੌਪ ਕੀਤਾ ਐਂਟਰੈਂਸ ਟੈਸਟ ਇਹ ਸਕਾਲਰਸ਼ਿਪ ਮਿਲ ਗਿਆ ਮੇਰੀ ਟੋਟਲੀ ਜਿਹੜੀ ਐਜੂਕੇਸ਼ਨ ਆ ਫ੍ਰੀ ਹੋਈ ਆ ਵਾਓ ਫਰੋਮ 6th ਆਫ ਕਲਾਸ ਟੂ ਪੋਸਟ ਗ੍ਰੈਜੂਏਸ਼ਨ ਆਲ ਫ੍ਰੀ ਐਜੂਕੇਸ਼ਨ ਹਾਂਜੀ ਮੀਨਸ ਫ੍ਰੀ ਐਜੂਕੇਸ਼ਨ ਮੈਂ ਫੀਸ ਨਹੀਂ ਸੀ ਮੈਨੂੰ ਸਕਾਲਰਸ਼ਿਪ ਲੱਗਿਆ ਬਿਕਾਜ਼ ਆਫ ਯੂਅਰ ਸਪੋਰਟਸ ਇੰਟਰਸਟ ਐਂਡ ਨਾ ਨਾ ਸਪੋਰਟਸ ਅਕੈਡਮਿਕ ਅੱਛਾ ਔਰ ਦੈਟ ਵੇ ਯੂ ਆਰ ਆਲਸੋ ਫਰੋਮ ਦ ਟੌਪ ਆਈ ਟੌਪਡ ਇਟ ਵਾਸ ਆਈਐਸਸੀ 12th ਆਈ ਟੌਪਡ ਦੈਟ ਇਨ ਸਕੂਲ then the admission test in EAU I topped that also and I got scholarship from Punjab government te phir eh sara ng chalda reha bhi gold medalist reha bsc ch mba ch bhi education theek rahi of course that's right eh jehda meri mba ch bhi ki hoya siga tuhandi je pehli job si mainu in campus se mil gayi si interview ch ta phir ਮੈਂ ਐਗਜ਼ਾਮ ਦਿੱਤਾ ONGC ਦਾ ਸੀ ONGC ਇੱਕ ਬਹੁਤ ਵੱਡੀ ਕੰਪਨੀ ਹੈ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਤਾਂ 10 ਲੱਖ ਐਪਲੀਕੇਸ਼ਨ ਸੀਗੀਆਂ ਸਿਰਫ 4 ਓਪਨ ਸੀਟ ਸੀਗੀਆਂ ਟੋਟਲ 10 ਸੀਟ ਸੀਗੀਆਂ ਤੇ 6 ਰਿਜ਼ਰਵਡ ਸੀਗੀਆਂ ਤਾਂ ਲਾਈਕ ਗੋਡ ਆਫ ਗ੍ਰੇਸ ਆ ਗੋਟ ਦੀ ਯਾ ਗੋਟ ਦੀ ਦੈਟ ਆਈ ਵਾਸ ਪੋਸਟਡ ਇਨ ਬੰਬੇ ਤਾਂ ਬੰਬੇ ਤੋਂ ਫਿਰ ਅਮੇਜ਼ਿੰਗ ਯੂ ਲੁੱਕ ਲਾਈਕ ਅ ਸੁਪਰ ਸਪੈਸ਼ਲ ਸੋਲ ਆਫ ਗੋਡ ਬਿਕਾਜ਼ things don't come that you know in like intelligence physically we mentally we kisi andar hona it's quite rare so thoda jo mental health hai because mount everest with tusi jada chade hoge waise bhi life de andar there are so many obstacles that we face so how do you take care of your mental health mental health is because main ek religious person hu I believe in god haan ji te main jo bhi happen hunda apni life se chote se chota ਮੈਂ ਉਹ ਬਿਲੀਵ ਕਰਦਾ ਵੀ ਹਾਂ ਇਹ ਰੱਬ ਦਾ ਭਾਣਾ ਮੰਨ ਕੇ ਚੱਲਦਾ ਵੀ ਜੋ ਹੋਇਆ ਤਾਂ ਚੰਗਾ ਹੀ ਹੋਇਆ ਚਾਹੇ ਕੋਈ ਦੁੱਖ ਵਾਲੀ ਗੱਲ ਆ ਚਾਹੇ ਸੁੱਖ ਵਾਲੀ ਗੱਲ ਆ ਤੇ ਚਾਹੇ ਬੈਡ ਆ ਚਾਹੇ ਗੁੱਡ ਆ ਮੈਂ ਰੱਬ ਦਾ ਭਾਣਾ ਮੰਨ ਕੇ ਚੱਲਦਾ ਹਮੇਸ਼ਾ ਛੋਟੇ ਹੁੰਦੇ ਤੋਂ ਪਹਿਲਾਂ ਮੈਂ ਰਿਲੀਜੀਅਸ ਨਹੀਂ ਸੀ ਹੁੰਦਾ ਪਰ ਮੈਂ ਗੋਡ ਨੂੰ ਬਹੁਤ ਬਿਲੀਵ ਕਰਦਾ ਸੀਗਾ ਤੇ ਹੁਣ ਇਹ ਵੀ ਸੀਗਾ ਜਿਵੇਂ ਹੁਣ ਐਵਰੈਸਟ ਵੀ ਕੀਤੀ ਆ ਇਹ ਮੈਂ ਨਹੀਂ ਕਰ ਸਕਿਆ ਮੈਂ ਹੁਣ ਵੀ ਕਹਿੰਦਾ ਕਿਉਂਕਿ ਬਹੁਤ ਟਫ ਸੀਗਾ ਗੁਰਦੁਆਰੇ ਜਾਣ ਲੱਗ ਗਿਆ ਸੀ ਫਿਰ ਮੈਂ ਕੀ ਰੂਟੀਨ ਬਣਾਇਆ ਕਿ ਸੈਟਰਡੇ ਤੇ ਸੰਡੇ
ਸਵੇਰੇ ਤੋਂ 9 ਵਜੇ ਕਿਉਂ ਮੈਂ ਸੈਟਰਡੇ ਸੰਡੇ ਛੁੱਟੀ ਹੁੰਦੀ ਸਾਡੇ ਤਾਂ 6 ਤੋਂ 9 ਮੈਂ ਜਾਂਦਾ ਸੀ ਸੇਵਾ ਕਰਨ। ਉਹ ਮੈਂ ਸੇਵਾ ਇੰਝ ਐ ਨੀ ਸੀ ਕਰਦਾ ਵੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਬਾਣੀ ਪੜ੍ਹਦਾ ਜਾਂ ਅੰਦਰ ਬੈਠਦਾ ਸੀਗਾ, ਮੈਂ ਫਿਜ਼ੀਕਲ ਸੇਵਾ ਲੈ ਲਈ ਸੀਗੀ, ਭਾਂਡੇ ਧੋਣੇ, ਝਾੜੂ ਲਾਉਣਾ ਤੇ ਸਾਰੀ ਰਬਿਸ਼ ਬਾਹਰ ਕੱਢ ਕੇ ਉਸ ਡਸਟਬਿਨ ਚ ਪਾਉਣੀ, ਇਹ ਮੈਂ ਆਪਣੇ ਵਾਹਿਗੁਰੂ ਲੈ ਲਈ। ਇੱਕ ਤਾਂ ਮੈਂ 2 ਚੀਜ਼ਾਂ ਦੇਖੀਆਂ ਇਹਦੇ ਵਿੱਚ, ਇੱਕ ਤਾਂ ਫਿਟਨੈਸ ਹੁੰਦੀ ਸੀ ਤੁਹਾਡੀ, ਇੱਕ ਸੇਵਾ ਹੋ ਜਾਂਦੀ ਸੀ, ਇੱਕ ਇਹ ਸੰਗਤ ਜਿਹੜੀ ਆਉਂਦੀ ਹੈ ਗੁਰਦੁਆਰੇ ਟੈਂਪਲ ਉਹ 9 ਵਜੇ ਤੋਂ ਬਾਅਦ ਆਉਣ ਲੱਗਦੀ ਆ ਤੇ ਮੈਨੂੰ ਐਸੀ ਵੀ ਚੱਲ ਨੀਟ ਐਂਡ ਕਲੀਨ ਹੋਊਗਾ ਤੇ ਸਭ ਲਈ ਵਧੀਆ। ਇਹ ਦਿਸ ਇਜ਼ ਲਾਈਕ ਅ ਗਿਵਿੰਗ ਬੈਕ ਟੂ ਦੀ ਕਮਿਊਨਿਟੀ ਦੇ ਅੰਦਰ ਉਹ ਹੈਗੀ ਹੈ ਚੀਜ਼, ਤਾਂ ਤੁਸੀਂ ਕਰ ਪਏ। ਆਈ ਥਿੰਕ ਇਟਸ ਅ ਮਿਕਸ ਆਫ ਬੋਥ ਆਪਣਾ ਹਾਰਡ ਵਰਕ ਐਂਡ ਗੋਡਸ ਬਲੇਸਿੰਗ, ਤਾਂ ਹੀ ਕੋਈ ਇਹ ਚੀਜ਼ ਅਚੀਵ ਕਰ ਸਕਦਾ। ਹੁਣ ਮਾਊਂਟ ਐਵਰੈਸਟ ਤੇ ਦੁਬਾਰਾ ਜਾਣ ਦੀ ਹੈ, ਤੁਹਾਡੀ ਏਜ ਵੀ ਕੋਈ ਕੋਈ ਪੁੱਛੇਗਾ ਮੈਨੂੰ ਪਤਾ ਹੈ ਕਮੈਂਟਸ ਦੇ ਵਿੱਚ, ਆਪਾਂ ਦੱਸ ਸਕਦੇ ਹਾਂ? ਹਾਂਜੀ ਮੇਰੀ ਏਜ ਹੋ ਗਈ 1st of June 1971 ਦਾ 53 ਇਅਰਸ ਓਲਡ ਹੋ ਗਈ। ਇਹ ਮੇਰੇ 3 ਚੀਜ਼ਾਂ ਹੋਈਆਂ, ਮੈਨੂੰ ਨਹੀਂ ਪਤਾ, ਮੈਨੂੰ ਮੀਡੀਆ ਨਹੀਂ ਦੱਸਿਆ। ਮੈਂ 53rd ਨੰਬਰ ਆ ਫਰੋਮ ਨਿਊਜ਼ੀਲੈਂਡ ਟੂ ਕਲਾਈਂਬ ਐਵਰੈਸਟ ਤੇ 1953 ਚ ਇਹ ਕਲਾਈਂਬ ਕੀਤੀ ਗਈ ਐਵਰੈਸਟ ਫਸਟ ਟਾਈਮ ਸਰ ਐਡਮਿਰਲ ਹੈਲੀ ਨੇ। ਤੇ ਤੀਜੀ ਗੱਲ ਸੀਗੀ ਮੇਰੀ ਏਜ ਵੀ 53 ਆ, ਤਾਂ ਮੈਨੂੰ ਕਿਸੇ ਮੀਡੀਆ ਨੇ ਕਿਹਾ ਵੀ ਤੇਰਾ 3 ਵੀ ਤੈਨੂੰ ਪਤਾ ਸੀ, ਨਾ ਮੈਨੂੰ ਨਹੀਂ ਪਤਾ। ਹਾਂ ਵੈਸੇ ਸੁਣਦੇ ਆ ਕਿ ਨੰਬਰ ਦਾ ਕਾਫੀ ਖੇਡ ਹੁੰਦਾ ਹੈ, ਕਾਫੀ ਖੇਡ ਹੁੰਦਾ ਹੈ, ਆਪਣੇ ਆਪ ਹੀ ਆਟੋਮੈਟਿਕਲੀ ਹੋ ਗਿਆ ਹੈ। ਕੁਡ ਬੀ ਯੂ ਨੋ ਲੋਟ ਆਫ ਐਗਜ਼ਾਮਪਲਸ ਲਾਈਕ ਦੈਟ, ਬਟ ਯਾ ਦੈਟ ਇਜ਼ ਸੋ ਨਾਈਸ, ਥੈਂਕ ਯੂ ਟੂ ਦ ਮੀਡੀਆ ਚੈਨਲ ਹੂ ਫਿਗਰਡ ਥਿਸ ਆਊਟ। ਹਾਂ ਐਂਡ ਸਮਬਡੀ ਫਿਗਰਡ ਇਟ ਆਊਟ, ਹੀ ਸੈਡ ਇਟਸ 53 ਇਜ਼ ਆਲ 3 ਜਿਹੜੀ ਯੂਨਿਟ ਮੈਂ ਹਨਾ ਆਈ ਡੋਨਟ ਨੋ ਵਾਟ। ਸੋ ਹੁਣ ਤੁਸੀਂ ਮਾਊਂਟ ਐਵਰੈਸਟ ਜੇ ਕਿਸੇ ਬੱਚੇ ਨੇ ਤਿਆਰੀ ਕਰਨੀ ਹੈ ਕੁਝ, ਉਹਨੂੰ ਕਿਵੇਂ ਮਤਲਬ ਕੋਈ ਸੁਜੈਸ਼ਨ ਜਾਂ? ਮੈਂ ਕਹੂੰਗਾ ਕਿ ਮਾਊਂਟ ਐਵਰੈਸਟ ਇੱਕ ਈਜ਼ੀ ਨਹੀਂ ਹੈਗਾ, ਕਿਉਂਕਿ ਸ਼ਾਇਦ ਚਲੋ ਮੇਰਾ ਬੈਕਗ੍ਰਾਉਂਡ ਫਿਟਨੈਸ ਲੈਵਲ ਸੀਗਾ ਪੁਰਾਣਾ, ਪਹਿਲਾਂ ਹੁਣ ਨਹੀਂ ਸੀਗਾ ਤੇ ਫਿਰ ਮੈਂ ਹਾਕੀ ਵੀ ਖੇਡਦਾ ਰਿਹਾ ਇਹ, ਪਰ ਜਿਹੜੀ ਮਾਊਂਟ ਐਵਰੈਸਟ ਆ ਉਹ ਟੋਟਲੀ ਡਿਫਰੈਂਟ ਗੇਮ ਆ, ਇਹ ਟੈਕਨੀਕਲ ਪੀਕ ਆ, ਇਹਦੇ ਲਈ ਤੁਹਾਨੂੰ ਮਾਊਂਟੇਨੀਅਰਿੰਗ ਸਕੂਲਸ ਜਾਣਾ ਜ਼ਰੂਰੀ ਆ। ਤੁਸੀਂ ਵੀ ਗਏ ਸੀ? ਨਾ ਮੈਂ, ਮੇਰੇ ਕੰਮ ਨਹੀਂ ਹੋਇਆ ਤੇ ਮੈਨੂੰ ਉੱਥੇ ਹਾਂਜੀ ਵੀ ਮੈਂ ਮਿਸ ਕਰ ਗਿਆ ਪਾਰਟ। ਈਵਨ ਕਿ ਜਿਹੜਾ ਮੈਂ ਮੇਰਾ ਸਿਰਫ ਮੈਂ ਜਿਵੇਂ ਨਵੰਬਰ ਦਸੰਬਰ 22 ਚ ਡਿਸੀਜਨ ਲੱਤਾ ਸੀ ਪਰਮਿਟ ਖਰੀਦਿਆ ਤੇ ਅਪ੍ਰੈਲ 24 ਚ ਕਰ ਲਿਆ, 1 ਸਾਲ ਦਾ ਸੀ ਵਕਤ ਤਿਆਰੀ ਕਰਨ ਦਾ, ਪਰ ਇਟ ਸ਼ੁੱਡ ਬੀ 3 ਇਅਰ ਸਰਕਲ। ਜਿਹੜੇ ਲੋਕ ਮਾਊਂਟੇਨੀਅਰਿੰਗ ਕਰਦੇ ਆ ਜਿਹੜੇ ਐਵਰੈਸਟ ਚੜ੍ਹਦੇ ਆ ਉਹ 3 ਸਾਲ ਦਾ ਬਣਾ ਕੇ ਜਾਂਦੇ ਆ ਵੀ ਅਸੀਂ 3 ਸਾਲ ਦੀ ਟ੍ਰੇਨਿੰਗ ਤੇ ਬਾਅਦ ਪੀਕ ਹੋਵਾਂਗੇ ਤੇ ਫਿਰ ਐਵਰੈਸਟ ਕਰਾਂਗੇ, ਪਰ ਸਾਨੂੰ ਤਾਂ ਵੀ ਯਾਨੀ ਕਿ ਪਤਾ ਨਹੀਂ ਵੀ ਰੱਬ ਨੇ ਕਰਾਉਣਾ ਸੀਗਾ। ਕੋਈ ਫੂਡ ਤੁਸੀਂ ਸਪੈਸ਼ਲ ਖਾਂਦੇ ਹੋ ਜਾਂ ਤੁਹਾਡੀ ਕੋਈ ਫੂਡ ਦੀ ਡਾਈਟਰੀ ਤੁਹਾਡੀ ਕੁਝ ਦੱਸ ਸਕਦੇ ਹੋ? ਕਿਉਂਕਿ ਮੇਰਾ ਬੇਟਾ ਵੱਡਾ ਬੇਟਾ ਆਰਮੀ ਸਿਲੈਕਟ ਹੋਇਆ, ਕਮਿਸ਼ਨਡ ਹੋਇਆ ਫਸਟ ਬੈਪਟਾਈਜ਼ ਸਿੱਖ ਇਨ ਨਿਊਜ਼ੀਲੈਂਡ ਆਰਮੀ, ਤਾਂ ਉਹਨੇ ਜਦ ਮੈਂ ਦੱਸਿਆ ਵੀ ਮੈਂ ਐਵਰੈਸਟ ਕਰਨੀ ਆ ਤਾਂ ਉਹ ਕਹਿੰਦਾ ਡੈਡੀ ਯੂ ਡਿਡ ਯੂ ਨੋ ਅਬਾਊਟ ਇਟ, ਮੈਂ ਕਿਹਾ ਵੀ ਹਾਂ ਮੈਨੂੰ ਪਤਾ ਹੈ ਵੀ ਐਵਰੈਸਟ, ਕਹਿੰਦਾ ਵੀ ਤੁਹਾਨੂੰ ਇਹਦੇ ਲਈ ਬਹੁਤ ਤਿਆਰੀ ਕਰਨੀ ਪੈਣੀ ਆ। ਉਹਨੇ ਸ਼ਡਿਊਲ ਬਣਾਇਆ ਸੀਗਾ, ਫਿਰ ਉਹਨੇ ਮੈਨੂੰ ਕਿਹਾ ਵੀ ਡੈਡੀ ਤੁਹਾਨੂੰ ਫੂਡ ਵੀ ਸਪੈਸ਼ਲ ਖਾਣੇ ਪੈਣੇ ਆ ਤਾਂ ਕਿ ਤੁਹਾਡਾ ਪ੍ਰੋਟੀਨ ਲੈਵਲ ਜੋ ਵੀ ਹੈਗਾ ਵੀ ਉਹ ਤੁਹਾਡਾ ਬੋਡੀ ਦਾ ਮੇਨਟੇਨ ਰਹੇ। ਪਰ ਮੈਂ ਉਹਨੂੰ ਇੱਕ ਗੱਲ ਕਹੀ, ਫਿਰ ਉਹਨੂੰ ਕਿਹਾ ਵੀ ਮੈਨੂੰ ਖਾਣੇ ਬਾਰੇ ਨਾ ਸਿਖਾ, ਐਕਸਰਸਾਈਜ਼ ਜੋ ਮਰਜ਼ੀ ਕਰਵਾ ਲਾ, ਉਹਨੇ ਫਿਰ ਮੈਨੂੰ ਬਹੁਤ ਹਾਰਡ ਐਕਸਰਸਾਈਜ਼ ਕਰਵਾਈਆਂ ਮੇਰੇ ਤੋਂ ਕਿ ਤੇ ਮੋਨੀਟਰ ਕਰਦਾ ਰਿਹਾ, ਹੀ ਵਾਸ ਜਸਟ ਕੋਚ ਟੂ ਬੀ, ਉਹਨੇ ਮੈਨੂੰ ਮੇਰਾ ਕੋਚ ਬਣ ਗਿਆ ਤੇ। ਪਰ ਫੂਡ ਮੈਂ ਨੈਚੁਰਲ ਜੋ ਸਾਡਾ ਨੋਰਮਲ ਫੂਡ ਖਾਂਦਾ ਸੀ ਜਿਵੇਂ ਲੰਗਰ ਹੁੰਦਾ ਉਹੀ ਖਾਂਦਾ ਰਿਹਾ, ਵੀ ਉਹ ਨਹੀਂ ਚੇਂਜ ਕੀਤਾ। This is like a magical story, I would say, like it's unbelievable.
ਕਿਉਂਕਿ ਪੀਪਲ ਲਾਈਕ ਕੰਜ਼ਿਊਮ ਸੋ ਮੱਚ ਪ੍ਰੋਟੀਨ, ਪਤਾ ਨਹੀਂ ਕੀ ਕੀ ਕੁਛ ਕਰਦੇ ਨੇ, ਐਂਡ ਮਾਊਂਟ ਐਵਰੈਸਟ ਤੁਸੀਂ ਚੜ ਕੇ ਆ ਗਏ ਐਂਡ ਯੂ ਆਰ ਲਾਈਕ ਜਸਟ ਸੋ ਡਾਊਨ ਟੂ ਅਰਥ ਕਿ ਹਾਂ ਬਸ ਮੈਂ ਐਵੇਂ ਗਿਆ ਸੀ ਜਿਵੇਂ ਕਿਸੇ ਘੁੰਮਣ ਗਿਆ ਸੀ। ਇਟਸ ਲਾਈਕ ਮੈਨੂੰ ਪਤਾ ਸੀ ਵੀ ਹਾਰਡ ਆ, ਪਰ ਫਿਰ ਮੈਨੂੰ ਇਹ ਸੀਗਾ ਨਾ ਵੀ ਮੈਂ ਫੂਡ, ਕਿਉਂਕਿ ਮੈਨੂੰ ਦੂਜਾ ਫੂਡ ਵਧੀਆ ਨਹੀਂ ਲੱਗਦਾ, ਇੱਕ ਮੈਨੂੰ ਆਰਟੀਫਿਸ਼ੀਅਲ ਫੂਡ ਤੇ ਪਹਿਲੇ ਦਿਨ ਤੋਂ ਇਹ ਸੀਗਾ ਕਿ ਮੈਂ ਟੌਪ ਲੈਵਲ ਦਾ ਅਥਲੀਟ ਵੀ ਰਿਹਾ, ਇੰਟਰਵੈਸਟਿੰਗ ਖੇਡਿਆ, ਆਲ ਇੰਡੀਆ ਲਾਈ, ਪਰ ਮੈਂ ਫੂਡ ਆਪਣਾ ਨੈਚੁਰਲੀ ਲੈਂਦਾ ਸੀਗਾ, ਉਹ ਤੇ ਮੈਨੂੰ ਜ਼ਿਆਦਾ ਵਿਸ਼ਵਾਸ ਸੀਗਾ। ਇਹ ਸਾਰੀ ਗੇਮ ਹੀ ਵਿਸ਼ਵਾਸ ਤੇ ਆ, ਇਫ ਯੂ ਬਲੀਵ ਯੂ ਕੈਨ ਡੂ ਵਿਦ ਦੈਟ ਆਲਸੋ, ਕਿਉਂਕਿ ਆਪਣਾ ਜਿਹੜਾ ਪੁਰਾਣਾ ਫੂਡ ਹੁੰਦਾ ਸੀ, ਆਪਣੀ ਪੁਰਾਣੀ ਖੁਰਾਕ ਹੁੰਦੀ ਸੀ, ਦੁੱਧ ਲੱਸੀ ਮੱਖਣ ਘਿਓ, ਚਾਰ ਚੀਜ਼ਾਂ, ਮੈਂ ਉਹ ਤੇ ਬਹੁਤ ਬਲੀਵ ਕਰਦਾ। ਈਵਨ ਕਿ ਆਪਣੇ ਬੱਚਿਆਂ ਨੂੰ ਵੀ, ਮੈਂ ਬੱਚੇ ਨੈਸ਼ਨਲ ਲੈਵਲ ਦੇ ਹਾਕੀ ਪਲੇਅਰ ਨੇ, ਉਹਨਾਂ ਨੂੰ ਵੀ ਇਹ ਹੀ ਰੱਖਿਆ। ਹੁਣ ਬਸ਼ੱਕ ਉਹ ਕਿਉਂਕਿ ਮਾਡਰਨ ਹੋ ਗਏ ਨੇ ਤੇ ਆਪਣਾ ਉਹ ਕਰਦੇ ਨੇ, ਔਰ ਸਿਰਫ ਸਿਰਫ ਹੀ ਅਜੇ ਵੀ ਉਹ ਤੇ ਡਿਪੈਂਡ ਕਰਦੇ ਨੇ ਚਾਰ ਚੀਜ਼ਾਂ। ਤੇ ਨਿਊਜ਼ੀਲੈਂਡ ਰਹਿ ਕੇ ਵੀ ਤੁਸੀਂ ਇਹ ਸਾਰਾ ਕੁਝ ਕਰ ਪਾਏ? ਹਾਂਜੀ, ਹੈ ਆਪਣਾ ਫੂਡ ਦਾ ਮਤਲਬ ਆਪਣਾ ਨੈਚੁਰਲ ਦੁੱਧ ਦਹੀਂ ਸਾਰਾ ਇਹ ਇਹਦੇ ਤੇ ਮੈਂ, ਮੇਰੇ ਮੇਨ ਫੂਡ ਇਹ ਤੇ ਸੀਗਾ, ਦਾਲਾਂ ਸਬਜ਼ੀਆਂ, ਇਹ ਤੇ ਡਿਪੈਂਡੈਂਟ ਸੀਗਾ ਮੈਂ, ਹੋਰ ਨਹੀਂ। ਠੀਕ ਹੈ, ਦੈਟ ਇਜ਼ ਨਾਈਸ। ਤੇ ਹੁਣ ਆਪਾਂ, ਮੈਂ ਚਾਹੂੰਗੀ ਕਿ ਜੇ ਤੁਹਾਡੇ ਤੁਹਾਨੂੰ ਕੋਈ ਕੁਐਸਚਨ ਹੈ ਮਿਸਟਰ ਮਲਕੀਤ ਸਿੰਘ ਨੂੰ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ, ਜਸਟ ਪਲੀਜ਼ ਮੇਕ ਸ਼ੋਰ ਦੈਟ ਯੂ ਕਮੈਂਟ ਬਿਲੋ, ਤੇ ਜੋ ਵੀ ਤੁਹਾਡੇ ਕੁਐਸਚਨਸ ਹੋਣਗੇ ਆਪਾਂ ਜਦੋਂ ਵੀ ਅਵੇਲੇਬਲ ਹੋ ਨੈਕਸਟ ਟਾਈਮ ਹੋਣਗੇ ਆਪਾਂ ਸੈਕੰਡ ਪਾਰਟ ਜ਼ਰੂਰ ਕਰਾਂਗੇ ਵੀਡੀਓ ਦਾ, ਤੇ ਦੇਖਾਂਗੇ ਕਿ ਜਿਹੜੇ ਨੈਕਸਟ ਕੁਐਸਚਨਸ ਲੋਕਾਂ ਦੇ ਆਣਗੇ, ਇਫ ਯੂ ਕੈਨ ਆਨਸਰ ਫੋਰ ਦੈਮ। ਤੇ ਜਸਟ ਇਸ ਵੀਡੀਓ ਨੂੰ ਖਤਮ ਕਰਾਂਗੇ, ਇੱਕ ਕਮਿਊਨਿਟੀ ਦੇ ਲਈ ਕੋਈ ਮੈਸੇਜ, ਸਟਰੋਂਗ ਮੈਸੇਜ ਤੁਸੀਂ ਅੱਗੇ ਦੇਣਾ ਚਾਹੁੰਦੇ ਹੋ? ਦੈਟਸ ਇਟ। ਮੈਂ ਤਾਂ ਇਹੀ ਦੇਣਾ ਚਾਹਾਂਗਾ ਬਲਕ, ਜੇ ਤੁਸੀਂ ਕਰਨਾ ਚਾਹੁੰਦੇ ਹੋ, ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਜੇ ਤੁਹਾਡੇ ਏਮ ਰੱਖਿਆ ਹੋਇਆ, ਤਾਂ ਤੁਸੀਂ ਬਲੀਵ ਕਰੋ। ਰੱਬ ਤੇ ਗੋਡ ਹੈਗਾ, ਗੋਡ ਜੇ ਸੀਗਾ, ਰੱਬ ਸੀਗਾ, ਤਾਂ ਹੀ ਮੈਂ ਚੜ ਪਾਇਆ, ਅਦਰਵਾਈਜ਼ ਮੈਂ ਚੜ ਨਹੀਂ ਸਕਦਾ ਸੀ। ਕਿਉਂਕਿ ਵੱਡੇ ਵੱਡੇ ਕਲਾਈਂਬਰਸ ਉੱਥੇ ਤੁਹਾਨੂੰ ਮਿਲਦੇ ਨੇ, ਉਹ ਵਿਚਾਰੇ ਚਾਰ ਵਾਰੀ ਟਰਾਈ ਕਰਦੇ ਨੇ, ਪੰਜ ਵਾਰੀ ਟਰਾਈ ਕਰਦੇ ਨੇ, ਫਿਰ ਵੀ ਚੜ ਨਹੀਂ ਪਾਉਂਦੇ। ਜਿਵੇਂ ਕਿ ਮੇਰੇ ਨਾਲ ਇੰਸੀਡੈਂਟ ਹੋਇਆ, ਤੇ ਮੈਂ ਜਦ ਵਾਪਸ ਆ ਰਿਹਾ ਸੀਗਾ, ਤੇ ਸਾਡੇ ਮੇਰੇ ਬਲੇਜ਼ਰ ਲੱਗਿਆ ਬਰਫ਼ ਦਾ, ਤੇ ਮੇਰੀਆਂ ਐਨਕਾਂ ਗਿਰ ਗਈਆਂ, ਤੇ ਪਰ ਉਸ ਟਾਈਮ ਜੋ ਚੜ ਰਹੇ ਸੀਗੇ, 8439 ਮੀਟਰਸ ਹਾਈਟ ਸੀਗੀ, ਉਹਨਾਂ ਨੂੰ ਵਾਪਸ ਆਉਣਾ ਪਿਆ। ਜਿਹੜੇ ਚੜ ਅਸੀਂ ਵਾਪਸ ਆ ਰਹੇ, ਚੜ ਕੇ ਆ ਰਹੇ ਸੀ, ਸਬਮਿਟ ਕਰ ਲਿਆ ਸੀਗਾ, ਤੇ ਉਹ ਵਿਚਾਰੇ ਉਹਨਾਂ ਤੋਂ ਨੈਕਸਟ ਈਅਰ ਕਰਨਗੇ। ਹਾਂਜੀ, ਜੋ ਮੈਨੂੰ ਇਟਲੀ ਦਾ ਲੁਕਲਾ ਏਅਰਪੋਰਟ ਤੇ ਮਿਲਿਆ, ਇੱਕ ਇਟਲੀ ਤੋਂ ਸੀਗਾ, ਤੇ ਉਹਨੇ ਮੈਨੂੰ ਕੰਗ੍ਰੈਚੁਲੇਸ਼ਨ ਕਹੀਆਂ, ਤੇ ਮੈਨੂੰ ਉਹਨੂੰ ਦੇਖਿਆ ਤੇ ਕਹਿੰਦਾ ਯਾਰ ਵੀ ਮੈਂ ਉਸ ਟਾਈਮ ਉਹ ਸੀਗਾ 8439 ਤੇ ਸੀਗਾ, ਜੇ ਤੁਹਾਡੇ ਬਲੇਜ਼ਰ ਲੱਗਿਆ, ਮੈਨੂੰ ਦੇਖਿਆ ਵੀ ਪਰ ਤੁਸੀਂ ਚੜ ਕੇ ਸੀ, ਅਸੀਂ ਚੜ ਰਹੇ ਸੀ ਅਜੇ, ਅਸੀਂ ਹਜੇ ਸਬਮਿਟ ਕਰਨਾ ਸੀ, ਪਰ ਉਹਨਾਂ ਨੂੰ ਵਾਪਸ ਜਾਣਾ ਪਿਆ ਬਿਕੋਜ਼ ਆਫ ਵੈਦਰ। ਤੇ ਕਹਿੰਦਾ ਮੇਰੀ ਤੀਜੀ ਚੌਥੀ ਟਰਾਈ ਸੀ, ਹੁਣ ਮੈਂ ਨੈਕਸਟ ਈਅਰ ਆਊਂਗਾ। ਉਦੋਂ ਤੁਹਾਨੂੰ ਫੀਲ ਹੁੰਦਾ ਵੀ ਕੁਛ ਹੈਗਾ, ਕਿਉਂਕਿ ਮਾਊਂਟੇਨ ਅਲਾਉਸ ਯੂ ਟੂ ਕਲਾਈਂਬ, ਯੂ ਡੋਂਟ ਕਲਾਈਂਬ ਦੀ ਮਾਊਂਟੇਨ, ਇਹ ਯਾਦ ਰੱਖਿਓ। ਪਹਾੜੀ ਤੁਹਾਨੂੰ ਰਾਸਤਾ ਦਿੰਦੀ ਆ, ਉਹੀ ਤੁਹਾਨੂੰ ਕੰਡੀਸ਼ਨ ਵੈਦਰ ਵਿੰਡੋ ਬਣਾਉਂਦੀ ਆ, ਲੱਕੀ ਰਹਿੰਦੇ ਹੋ ਚੜ੍ਹ ਜਾਓ, ਜੇ ਨਹੀਂ ਤਾਂ ਨੇਚਰ ਟਾਕਸ ਟੂ ਅਸ, the universe talks to us, just yeah. try to understand the signs, hai na, main bhi bahut zyada believe karte hain science ke andar, miracles humne dekhe ne, main apne naal bhi, lokan naal bhi, and aaj main thode naal bhi dekhe, so thank you so much sare channel te aane layi and apni journey share karne layi, and I'll hope to have you for the second round soon. Thank you, thank you so much. So nice.